ਉਹਨਾਂ ਗਲਤੀਆਂ ਬਾਰੇ ਗੱਲ ਕਰਾਂਗੇ ਜੋ ਸਟੂਡੈਂਟ ਨੋਰਮਲੀ ਆਪਣੀ ਜ਼ਿੰਦਗੀ 'ਚ ਕਰਦਾ ਅਤੇ ਬਾਅਦ ਵਿੱਚ ਪਛਤਾਉਂਦਾ। ਉੱਥੇ ਆਰ ਐਸ ਗੋਬਲ ਤੁਹਾਨੂੰ 2 ਦਿਨ ਦੇ ਵਿੱਚ ਆਫ ਲੈਟਰ, 2 ਦਿਨ ਦੇ ਵਿੱਚ ਸੀ ਓ ਦੇਣ ਦਾ ਵਾਅਦਾ ਕਰ ਰਿਹਾ। ਹੁਣ ਸਭ ਤੋਂ ਵੱਡੀ ਗੱਲ ਦੱਸਾਂ ਕੀ ਹੈ, ਆਰ ਐਸ ਗੋਬਲ ਦੇ ਕੋਲ ਇੱਕ ਇਹੋ ਜਿਹੀ ਆਪਸ਼ਨ ਆ ਜਿੱਥੇ ਤੁਹਾਨੂੰ ਡਾਇਰੈਕਟ ਬੈਚਲਰ ਡਿਗਰੀ ਦੇ ਵਿੱਚ ਪਲੱਸ ਟੂ ਪੜ੍ਹੇ ਸਟੂਡੈਂਟ ਨੂੰ 2022 ਵਾਲੇ ਨੂੰ ਵੀ ਐਡਮਿਸ਼ਨ ਮਿਲਦੀ ਹੈ। ਜੋ ਉਹ ਚੀਜ਼ ਸਾਡੇ ਕੋਲ ਨਹੀਂ ਹੁੰਦੀ ਆਪਾਂ ਉਹਦੇ ਮਗਰ ਭੱਜਦੇ ਹਾਂ, ਜੋ ਉਹ ਚੀਜ਼ ਹੁੰਦੀ ਉਹਨੂੰ ਆਪਾਂ ਸੰਭਾਲਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੇ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਅੱਜ ਉਹਨਾਂ ਗਲਤੀਆਂ ਬਾਰੇ ਗੱਲ ਕਰਾਂਗੇ ਜੋ ਸਟੂਡੈਂਟ ਨੋਰਮਲੀ ਆਪਣੀ ਜ਼ਿੰਦਗੀ 'ਚ ਕਰਦਾ ਅਤੇ ਬਾਅਦ ਵਿੱਚ ਪਛਤਾਉਂਦਾ। ਕਿਹੜੀਆਂ ਗਲਤੀਆਂ ਤੋਂ ਬਚਣ ਦੀ ਲੋੜ ਹੈ, ਸਮਾਂ ਸੰਭਾਲਣ ਦੀ ਲੋੜ ਹੈ। ਵੀਡੀਓ 5-7 ਮਿੰਟ ਦੀ ਵੇਖ ਕੇ, ਚਾਹੇ ਕੈਨੇਡਾ ਜਾਣਾ, ਚਾਹੇ UK ਜਾਣਾ, ਆਸਟ੍ਰੇਲੀਆ ਜਾਣਾ, ਕਿਤੇ ਵੀ ਬੱਚਾ ਪੜ੍ਹਨ ਜਾਣਾ ਚਾਹੁੰਦਾ, ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ, ਜਾਂ ਮੈਂ ਗੱਲ ਕਰਾਂ ਇਕੱਲਾ ਇੱਕ ਸਟੂਡੈਂਟ ਦੀ ਗੱਲ ਨਾ ਕਰਾਂ, ਇੱਕ ਉਸ ਐਪਲੀਕੈਂਟ ਦੀ ਗੱਲ ਕਰਾਂ ਜੋ ਆਪਣੇ ਭਵਿੱਖ ਨੂੰ ਇੱਕ ਚੰਗੇ ਲੈਵਲ 'ਤੇ ਵੇਖਣਾ ਚਾਹੁੰਦਾ, ਬਟ ਫਿਰ ਵੀ ਸਮਾਂ ਗਵਾ ਕੇ ਜਦੋਂ ਪੱਲੇ ਕੁਛ ਨਹੀਂ ਰਹਿੰਦਾ ਉਦੋਂ ਹੱਥ ਦੀ ਤਕਦੀਰਾਂ ਨੂੰ ਕੋਸਦਾ। ਸੋ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਜਾਣ ਵਾਲੇ ਬੱਚੇ ਦੀ, ਸ਼ੁਰੂਆਤ ਆਸਟ੍ਰੇਲੀਆ ਤੋਂ ਕਰਾਂਗੇ, ਮੁੜ ਕੇ ਵਿੱਚੇ UK ਵਿੱਚੇ ਨਾਲ ਕੈਨੇਡਾ ਨਾਲ ਐਡ ਆਨ ਕਰਾਂਗੇ। ਮੁੱਦਾ ਇਸ ਵੀਡੀਓ ਦਾ ਹੈ ਕਿ ਇੱਕ ਸਟੂਡੈਂਟ ਨੂੰ ਜਾਂ ਇੱਕ ਐਪਲੀਕੈਂਟ ਨੂੰ ਕਿਹੜੇ ਸਮੇਂ ਨੂੰ ਸੰਭਾਲਣਾ ਚਾਹੀਦਾ, ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਤਾਂ ਕਿ ਸਫਲਤਾ ਮਿਲ ਸਕੇ, ਪੈਸਾ ਖਰਾਬ ਹੋਣ ਤੋਂ ਬਚ ਸਕੇ, ਔਰ ਜੋ ਤੁਹਾਡਾ ਨੁਕਸਾਨ ਹੋਣ ਤੋਂ ਬਚ ਸਕੇ। ਸ਼ੁਰੂਆਤ ਆਸਟ੍ਰੇਲੀਆ ਤੋਂ ਕਰਦੇ ਦੋਸਤੋ। ਸੋ ਆਸਟ੍ਰੇਲੀਆ ਦੇ ਵਿੱਚ ਅੱਗੇ ਵੀ 1-2 ਵੀਡੀਓਜ਼ ਪਾਈਆਂ ਗਈਆਂ ਕਿ ਜਿਹੜਾ ਆਸਟ੍ਰੇਲੀਆ ਮੁਲਕ ਆ ਇਸ ਟਾਈਮ ਬੜੀ ਵੱਡੀ ਪੱਧਰ 'ਤੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਬਦਲਾਵ ਕਰਨ ਜਾ ਰਿਹਾ, GT ਨੂੰ ਬਦਲ ਕੇ GST ਦੇ ਨਾਮ ਨਾਲ ਬਦਲਣ ਜਾ ਰਿਹਾ, ਜਿਹੜਾ ਕਿ ਜੈਨੂਨ ਸਟੂਡੈਂਟ ਟੈਸਟ ਹੈ। ਸੋ GT ਦੇ ਵਿੱਚ ਅੱਜ ਮੇਜਰ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਹੈ ਕਿ ਬੱਚੇ ਨੇ ਵਾਪਸ ਨਹੀਂ ਆਉਣਾ, ਫੰਡਸ ਨੂੰ ਲੈ ਕੇ, ਫਾਈਨੈਂਸ਼ੀਅਲ ਸਰਕਮਸਟਾਂਸ ਨੂੰ ਲੈ ਕੇ GT ਰਿਜੈਕਟ ਬੱਚੇ ਦੀ ਹੋ ਰਹੀ। ਜੇ ਕਿਸੇ ਬੱਚੇ ਨੇ ਯੂਨੀਵਰਸਿਟੀ 'ਚ ਆਫ ਲੈਟਰ ਲਿਆ ਤਾਂ ਘੱਟੋ ਘੱਟ 3-3 ਮਹੀਨੇ ਬੱਚੇ ਦਾ GT ਪ੍ਰੋਸੈਸ ਕਲੀਅਰ ਨਹੀਂ ਹੋ ਪਾ ਰਿਹਾ, ਬੱਚੇ ਦੀ CU ਨਹੀਂ ਆ ਪਾ ਰਹੀ। ਉੱਥੇ ਆਰ ਐਸ ਗੋਬਲ ਤੁਹਾਨੂੰ 2 ਦਿਨ ਦੇ ਵਿੱਚ ਆਫ ਲੈਟਰ, 2 ਦਿਨ ਦੇ ਵਿੱਚ CU ਦੇਣ ਦਾ ਵਾਅਦਾ ਕਰ ਰਿਹਾ। ਹੁਣ ਸਭ ਤੋਂ ਵੱਡੀ ਗੱਲ ਦੱਸਾਂ ਕੀ ਹੈ, ਅੱਜ ਪੂਰੇ ਪੰਜਾਬ, ਹਰਿਆਣਾ, ਹਿਮਾਚਲ ਕਿਤੇ ਵੀ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਯੂਨੀਵਰਸਿਟੀ 2022 ਪੜ੍ਹੇ ਨੂੰ ਦਾਖਲਾ ਨਹੀਂ ਦਿੰਦੀ। ਜਿਹੜੇ ਬੱਚੇ ਨੇ ਪਲੱਸ ਟੂ 2022 'ਚ ਕੀਤੀ, 2022 'ਚ ਕੀਤੀ ਹੈ, ਕਿਸੇ ਨੂੰ ਐਡਮਿਸ਼ਨ ਨਹੀਂ ਮਿਲ ਪਾ ਰਹੀ। ਇਹ ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਆਰ ਐਸ ਗੋਬਲ ਦੇ ਕੋਲ ਇੱਕ ਇਹੋ ਜਿਹੀ ਆਪਸ਼ਨ ਆ ਜਿੱਥੇ ਤੁਹਾਨੂੰ ਡਾਇਰੈਕਟ ਬੈਚਲਰ ਡਿਗਰੀ ਦੇ ਵਿੱਚ ਪਲੱਸ ਟੂ ਪੜ੍ਹੇ ਸਟੂਡੈਂਟ ਨੂੰ 2022 ਵਾਲੇ ਨੂੰ ਵੀ ਐਡਮਿਸ਼ਨ ਮਿਲ ਰਹੀ ਹੈ। ਸਪਟੰਬਰ ਇਨਟੇਕ ਹੈਜ਼ ਬੀਨ ਕਲੋਜ਼ ਨਾਓ, ਜਨਵਰੀ 2024 ਦਾ ਇਨਟੇਕ ਹੈ। ਇੱਥੇ ਇਸ ਗੱਲ ਦਾ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਅਗਰ ਤੁਸੀਂ ਆਪਦੀ ਫਾਈਲ 1 ਅਕਤੂਬਰ ਤੋਂ ਬਾਅਦ ਵਿੱਚ ਅੰਬੈਸੀ 'ਚ ਪਾਉਂਦੇ ਹੋ ਉਦੋਂ ਨਵੇਂ ਰੂਲ ਇੰਪਲੀਮੈਂਟ ਹੋ ਸਕਦੇ ਆ ਜਿਹੜੇ ਕਿ GST ਦੇ ਨਾਲ ਹੋਣਗੇ। ਅੰਬੈਸੀ ਵੱਲੋਂ ਇੱਕ ਟੈਸਟ ਨਿਰਧਾਰਿਤ ਕੀਤਾ ਜਾਏਗਾ ਸਟੂਡੈਂਟ ਦਾ, ਜਿਹਦਾ ਨਾਮ ਹੈ GST। ਉਹ ਟੈਸਟ ਵਿੱਚ ਕਿੱਦਾਂ ਦੇ ਸਵਾਲ ਹੋਣਗੇ, ਕੀ ਜਵਾਬ ਦੇਣੇ ਹੋਣਗੇ, ਕਿੰਨੇ ਚਿਰ ਦਾ ਉਹ ਟੈਸਟ ਹੋਏਗਾ, ਔਨਲਾਈਨ ਹੋਏਗਾ, ਰਿਟਰਨ ਹੋਏਗਾ, ਕੀ ਉਹਦੇ ਪੈਰਾਮੀਟਰਸ ਹੋਣਗੇ, ਉਹ ਆਉਣ ਵਾਲਾ ਸਮਾਂ ਦੱਸੇਗਾ। ਬਟ ਅੱਜ ਜਨਵਰੀ 2024 ਦੇ ਇਨਟੇਕ ਲਈ ਬੱਚੇ ਨੂੰ ਅਪਲਾਈ ਕਰਨਾ, ਦਿਸ ਇਜ਼ ਦਾ ਰਾਈਟ ਟਾਈਮ। ਐਂਡ 11 ਸਪਤੰਬਰ ਤੋਂ ਬਾਅਦ ਔਫਰਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਨਵੇਂ ਇਨਟੇਕ ਦੀਆਂ, ਜਨਵਰੀ ਇਨਟੇਕ ਦੀਆਂ। ਸੋ ਅਗਰ ਕੋਈ ਸਟੂਡੈਂਟ 2022 'ਚ ਪਲੱਸ ਟੂ ਪੜ੍ਹਿਆ, ਫਿਰ ਰਿਪੀਟ ਕਰ ਦਿੰਦਾ, ਪਲੱਸ ਟੂ 2022 'ਚ ਪੜ੍ਹਿਓ, ਕਾਮਰਸ ਆਰਟਸ ਪੜ੍ਹਿਓ, ਮੈਡੀਕਲ ਨੋਨ ਮੈਡੀਕਲ ਪੜ੍ਹਿਓ ਤਾਂ ਪ੍ਰੋਗਰਾਮ ਘੱਟ ਅਵੇਲੇਬਲ ਆ, ਬਟ ਆਰਟਸ ਵਾਲਿਆਂ ਲਈ, ਕਾਮਰਸ ਵਾਲਿਆਂ ਲਈ ਪ੍ਰੋਗਰਾਮ ਅਵੇਲੇਬਲ ਹੈ। ਨੰਬਰ ਤੁਹਾਡੇ 12ਵੀਂ 'ਚੋਂ 55% ਹੈ, ਓਵਰਆਲ 60% ਘੱਟੋ ਘੱਟ ਹੈ। ਆਇਲਸ ਓਵਰਆਲ 6 ਬੈਂਡ, ਨੋਟ ਲੈਸ ਦੈਨ 5.5 ਬੈਂਡ, ਡਾਇਰੈਕਟ ਬੈਚਲਰ ਡਿਗਰੀ ਕਰਨ ਜਾਇਆ ਜਾ ਸਕਦਾ ਕਾਲਜ ਦੇ ਵਿੱਚ। ਉਹਦੇ 'ਚ ਤੁਸੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ, ਔਰ ਹੁਣ ਤੱਕ ਦਾ ਵੀਜ਼ਾ ਸਕਸੈਸ ਰੇਟ 85% ਪਲੱਸ ਹੈ। ਠੀਕ ਹੈ, ਜੇ 100 ਐਪਲੀਕੇਸ਼ਨਾਂ ਲਾਈਆਂ ਪਿੱਛੇ 15 ਵੀਜ਼ੇ ਰਿਫਿਊਜ਼, ਜੇ 8 ਲਾਈਆਂ ਤਾਂ 2 ਰਿਫਿਊਜ਼ ਪਿੱਛੇ 8 ਵੀਜ਼ੇ ਵੀ ਨਾਲ ਹੈ। ਹੁਣ ਤੱਕ ਬਥੇਰੇ ਵੀਜ਼ੇ ਅਸੀਂ, ਮੈਂ ਬੱਚਿਆਂ ਦੇ ਨਾਮ ਤੱਕ ਵੀ ਭੁੱਲ ਗਿਆ, ਜਿਹੜੇ ਮਨਦੀਪ ਸਿੰਘ ਦੀ ਗੱਲ ਕਰਾਂ, ਕਿਰਨਜੋਤ ਦੀ ਗੱਲ ਕਰਾਂ, ਕਈ ਇਹੋ ਜਿਹੇ ਸਟੂਡੈਂਟ ਜਿਨ੍ਹਾਂ ਦੇ ਵੀਜ਼ੇ ਅਸੀਂ ਆਲਰੇਡੀ ਬੈਚਲਰ ਡਿਗਰੀ 'ਚ ਦਿਖਾ ਚੁੱਕੇ ਹਾਂ ਫੇਸਬੁੱਕ ਪੇਜ 'ਤੇ, ਇੰਸਟਾਗ੍ਰਾਮ ਪੇਜ 'ਤੇ। ਉਸੇ ਕਾਲਜ ਵਿੱਚ ਬੈਚਲਰ ਡਿਗਰੀ ਅਵੇਲੇਬਲ ਆ, ਹੋਰ 2 ਕਾਲਜਸ ਨੇ ਪਰ ਉਹਨਾਂ ਦੇ ਵਿੱਚੋਂ 2022 ਪਾਸ ਆਊਟ ਨਹੀਂ ਲਿਆ ਜਾ ਰਿਹਾ, ਜਾਂ ਫਿਰ ਬੱਚੇ ਨੰਬਰ 80% ਚਾਹੀਦੇ 12ਵੀਂ 'ਚੋਂ, ਤਾਂ ਵੀ ਇੱਕ ਕਾਲਜ ਸਾਡੇ ਕੋਲ ਅਵੇਲੇਬਲ ਜਿੱਥੇ ਡਾਇਰੈਕਟ ਹਾਇਰ ਐਜੂਕੇਸ਼ਨ 'ਚ ਬੈਚਲਰ ਡਿਗਰੀ ਪੜ੍ਹਨ ਜਾਇਆ ਜਾ ਸਕਦਾ, ਕਾਲਜ ਅਸੈਸਮੈਂਟ ਲੈਵਲ ਵੱਧ ਆਉਂਦਾ ਉਹ। ਸੋ ਸਹੀ ਸਮੇਂ 'ਤੇ ਬੱਚਾ ਆਪਣੀ ਜ਼ਿੰਦਗੀ ਦਾ ਸਹੀ ਡਿਸੀਜ਼ਨ ਲੈ ਲਏ ਤਾਂ ਇੱਕ ਚੰਗੀ ਮੁਕਾਮ, ਇੱਕ ਚੰਗੀ ਇੱਕ ਡੈਸਟੀਨੇਸ਼ਨ ਹਾਸਲ ਕਰ ਸਕਦਾ। ਇਹ ਇਨਸਾਨ ਦੀ ਫਿਤਰਤ ਹੈ ਕਿ ਅਸੀਂ ਜੋ ਉਹ ਚੀਜ਼ ਸਾਡੇ ਕੋਲ ਨਹੀਂ ਹੁੰਦੀ ਆਪਾਂ ਉਹਦੇ ਮਗਰ ਭੱਜਦੇ ਹਾਂ, ਜੋ ਉਹ ਚੀਜ਼ ਹੁੰਦੀ ਉਹਨੂੰ ਆਪਾਂ ਸੰਭਾਲਦੇ ਨਹੀਂ। ਯਾਦ ਹੋਏਗਾ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖੋ, ਜਦੋਂ 2021 ਵਾਲੇ ਬੱਚੇ ਨੂੰ ਕਿਹਾ ਸੀ ਕਿ ਦਿਸ ਇਜ਼ ਦਾ ਰਾਈਟ ਟਾਈਮ, ਹੁਣ ਅਪਲਾਈ ਕਰ ਲਓ, ਬਾਅਦ 'ਚ ਪਲੱਸ ਟੂ 2021 ਪੜ੍ਹਿਆ ਬੱਚਾ ਨਹੀਂ ਜਾਏਗਾ ਆਸਟ੍ਰੇਲੀਆ, ਅੱਜ ਨਹੀਂ ਜਾ ਰਿਹਾ।
ਅੱਜ ਦਿਖਾ ਦਿਓ ਕੋਈ ਵੀ 2021 ਪੜ੍ਹਿਆ ਬੱਚਾ ਕਿਸੇ ਸ਼੍ਰੀ ਯੂਨੀਵਰਸਿਟੀ ਜਾਂ ਕਿਸੇ ਚੰਗੇ ਕਾਲਜ ਦਾਖਲਾ ਲੈ ਕੇ ਦਿਖਾ ਦੇ, ਆਫਰ ਲੈਟਰ ਲੈ ਕੇ ਵੀ ਦਿਖਾ ਦੇ, ਵੀਜ਼ਾ ਬੜੀ ਦੂਰ ਦੀ ਗੱਲ ਹੈ। ਸੇਮ ਅੱਜ ਮੈਂ ਸਪਤੰਬਰ ਦੇ ਦੂਜੇ ਹਫ਼ਤੇ 'ਚ 2023 'ਚ ਬੋਲ ਰਿਹਾ ਕਿ ਅਗਰ ਹੋਰ 10-12 ਦਿਨ 15 ਦਿਨ ਅਕਤੂਬਰ ਤੋਂ ਪਹਿਲਾਂ ਫਾਈਲ ਆਪਦੀ ਨਹੀਂ ਲਾ ਐਪਲੀਕੇਸ਼ਨ ਪ੍ਰੋਸੈਸ ਕਰਦੇ ਤਾਂ 2022 ਵਾਲੇ ਬੱਚੇ ਲਈ ਵੀ ਆਸਟ੍ਰੇਲੀਆ ਸੁਪਨਾ ਬਣ ਕੇ ਰਹਿ ਜਾਏਗਾ। ਕਿਉਂਕਿ ਇਨਸਾਨ ਦੀ ਉਹੀ ਫਿਤਰਤ ਹੈ ਕਿ ਅੱਜ ਸਾਡੇ ਕੋਲ ਜੋ ਸਮਾਂ ਨਾ ਆਪਾਂ ਪ੍ਰੈਜੈਂਟ ਨੂੰ ਕਦੇ ਨਹੀਂ ਸੰਭਾਲਦੇ। ਆਪਾਂ ਜਾਂ ਤਾਂ ਪਾਸਟ ਨੂੰ ਵੇਖ ਕੇ ਪਛਤਾਉਂਦੇ ਹਾਂ, ਰੋਂਦੇ ਹਾਂ ਹਾਏ ਮੈਂ ਉਦੋਂ ਨਹੀਂ ਕੀਤਾ, ਅਤੇ ਜਾਂ ਫਿਊਚਰ ਨੂੰ ਵੇਖ ਕੇ ਆਪਣੇ ਆਪ ਨੂੰ ਕੋਸਦੇ ਰਹਿੰਦੇ, ਪ੍ਰੈਜੈਂਟ ਵੀ ਖਰਾਬ ਕਰ ਲੈਂਦੇ ਹਾਂ। ਅੱਜ ਸਾਡੇ ਕੋਲ ਹੈ, ਭਾਈ ਵੀਰ ਸਿੰਘ ਦੀ ਕਵਿਤਾ ਪੜ੍ਹੀ ਸੀ ਛੋਟੇ ਹੁੰਦਿਆਂ ਪੰਜਾਬੀ, ਵੀ ਅੱਜ ਸਾਡੇ ਕੋਲ ਆ ਉਹਨੂੰ ਸੰਭਾਲੀਏ। ਮੈਨੂੰ ਕਵਿਤਾ ਸਾਰੇ ਪਾਪਾ ਯਾਦ ਨਹੀਂ, ਬਟ ਉਹਦਾ ਮੀਨਿੰਗ ਯਾਦ ਹੈ ਵੀ ਆਪਾਂ ਪਾਸ ਨੂੰ ਵੀ ਨਾ ਸੋਚੀਏ, ਭਵਿੱਖ ਨੂੰ ਵੀ ਨਾ ਸੋਚੀਏ, ਕਿਉਂਕਿ ਪਾਸ ਵੀ ਤੁਹਾਡੇ ਹੱਥ ਨਹੀਂ, ਜੋ ਹੋਣਾ ਸੀ ਹੋ ਗਿਆ, ਭਵਿੱਖ ਵੀ ਤੁਹਾਡੇ ਹੱਥ ਨਹੀਂ, ਫਿਊਚਰ ਵੀ ਤੁਹਾਡੇ ਹੱਥ ਨਹੀਂ, ਜੋ ਹੋਣਾ ਉਹ ਹੋ ਕੇ ਰਹੇਗਾ, ਬਟ ਪ੍ਰੈਜੈਂਟ ਤੁਹਾਡੇ ਹੱਥ 'ਚ ਆ। ਅੱਜ ਮੈਂ ਬੈਠ ਕੇ ਵੀਡੀਓ ਬਣਾ ਰਿਹਾ, ਇਹ ਮੇਰੇ ਹੱਥ 'ਚ ਹੈ, ਮੈਂ ਕਿੱਦਾਂ ਦੀ ਵੀਡੀਓ ਬਣਾਉਣੀ ਹੈ, ਸੋ ਅੱਜ ਨੂੰ ਸੰਭਾਲਿਆ ਜਾ ਸਕਦਾ ਦੋਸਤੋ। ਬਟ ਹੁੰਦਾ ਕੀ ਹੈ, ਜਦੋਂ ਸਮਾਂ ਨਿਕਲ ਜਾਂਦਾ ਉਦੋਂ ਬੱਚੇ ਫਿਰ ਦਫ਼ਤਰਾਂ 'ਚ ਅਪਰੋਚ ਕਰਦੇ, ਕਾਲ ਕਰਦੇ ਆ, ਸਰ ਮੈਂ +2 2022 'ਚ ਪੜ੍ਹਿਆ, ਕਿ ਹੁਣ ਆਸਟ੍ਰੇਲੀਆ ਅਪਲਾਈ ਕਰ ਸਕਦਾ? ਤਾਂ ਉਦੋਂ ਬੱਚੇ ਨੂੰ ਕਿਹਾ ਜਾਂਦਾ ਪਹਿਲਾਂ ਨਹੀਂ ਵੀਡੀਓ ਦੇਖੀ ਸੀ, ਪਹਿਲਾਂ ਅਪਲਾਈ ਕਰਦਾ, ਨਹੀਂ ਸਰ ਤੁਹਾਡੀ ਵੀਡੀਓ ਅੱਜ ਦੇਖੀ ਹੈ। ਸੋ ਹਮੇਸ਼ਾ ਸਮਾਂ ਨਿਕਲਣ ਤੋਂ ਬਾਅਦ ਹੀ ਵੀਡੀਓ ਦੇਖਦੇ ਹੋ। ਸੋ ਪਲੀਜ਼ ਮੇਰੀ ਰਿਕੁਐਸਟ ਹੈ, ਵੀਡੀਓ ਦੇਖਣ ਵਾਲਿਆਂ ਨੂੰ, ਆਪਣੇ ਸਾਰੇ ਦੋਸਤਾਂ ਤੱਕ, ਭੈਣਾਂ ਭਰਾਵਾਂ ਤੱਕ, ਆਂਢੀ ਗੁਆਂਢੀਆਂ ਤੱਕ ਇਹ ਵੀਡੀਓ ਜੰਗਲ ਦੀ ਅੱਗ ਵਾਂਗੂ ਫੈਲਾ ਦਿਓ, ਸ਼ੇਅਰ ਕਰ ਦਿਓ, ਤਾਂ ਕਿ ਕਿਸੇ ਇੱਕ ਬੱਚੇ ਦਾ ਅਗਰ ਭਲਾ ਹੋ ਸਕੇ, ਉਹਦੀ ਜ਼ਿੰਦਗੀ ਦੀ ਜਿਹੜੀ ਇੱਕ ਡੈਸਟੀਨੇਸ਼ਨ ਉਹਨੂੰ ਮਿਲ ਸਕੇ, ਉਹਨੂੰ ਉਹਦੀ ਜ਼ਿੰਦਗੀ ਦਾ ਓਬਜੈਕਟਿਵ ਪੂਰਾ ਹੋ ਸਕੇ, ਤਾਂ ਰੱਬ ਨੂੰ ਪਾਉਣ ਦੇ ਬਰਾਬਰ ਹੈ। ਸੋ 12ਵੀਂ 2022 'ਚ ਕੀਤੀ ਹੈ, ਦਿਸ ਇਜ਼ ਦਾ ਰਾਈਟ ਟਾਈਮ। ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਬੈਚ ਡਿਗਰੀ 'ਚ ਅਪਲਾਈ ਕੀਤਾ ਜਾ ਸਕਦਾ, ਜਿਹਦੇ 'ਚ ਫੀਸ ਵੀਜ਼ਾ ਲੱਗਣ ਤੋਂ ਬਾਅਦ 'ਚ ਪੇ ਕਰਨੀ ਆ, ਕੁਛ ਕੁ ਹਜ਼ਾਰ $1500 ਤੁਸੀਂ ਆਪ ਨੂੰ ਕਾਲਜ ਨੂੰ ਪਹਿਲਾਂ ਰਜਿਸਟ੍ਰੇਸ਼ਨ ਫੀਸ ਦੇਣੀ ਆ, ਵਿਚ ਇਜ਼ ਆਲਸੋ ਰਿਫੰਡੇਬਲ। ਜੇ ਇਨ ਕੇਸ ਵੀਜ਼ਾ ਨਹੀਂ ਵੀ ਲੱਗਦਾ, ਉਹ ਪੈਸੇ ਤੁਹਾਡੇ ਰਿਫੰਡੇਬਲ ਆ, ਤੁਸੀਂ ਡਾਇਰੈਕਟ ਕਾਲਜ ਨੂੰ TT ਕਰਨੀ ਹੈ ਥੋੜ੍ਹੇ ਪੈਸਿਆਂ ਦੀ, ਬਾਕੀ ਸਾਰੇ ਪੈਸੇ ਵੀਜ਼ੇ ਬਾਅਦ ਦੇਣੇ। ਇਸ ਆਪਸ਼ਨ ਨੂੰ ਅਵੇਲ ਕਰਨਾ ਚਾਹੁੰਦੇ ਹੋ, ਡਿਲੇ ਨਾ ਕਰਿਓ। ਆਉਣ ਵਾਲਾ ਸਮਾਂ ਆਸਟ੍ਰੇਲੀਆ ਦੇ ਵਿੱਚ ਸੌਖਾ ਹੋਏਗਾ ਉਹਨਾਂ ਦੇ ਲਈ ਜਿਹੜੇ ਕਰੀਮ ਸਟੂਡੈਂਟ ਆ। ਹੁਣ ਕਰੀਮ ਸਟੂਡੈਂਟ ਕੌਣ ਆ ਆਸਟ੍ਰੇਲੀਆ 'ਚ? ਰੀਸੈਂਟ ਪਾਸ ਆਊਟ, ਸਾਲ ਤੋਂ ਵੱਧ ਗੈਪ ਨਹੀਂ, 70-75% ਨੰਬਰ, ਆਇਲਟਸ 6.65, ਫੰਡ 30-35 ਲੱਖ ਰੁਪਇਆ ਮਾਂ ਪਿਓ ਕੋਲ 3-4 ਮਹੀਨੇ ਪੁਰਾਣਾ ਪਿਆ, ਆਮਦਨ 10-15 ਲੱਖ ਰੁਪਇਆ ਮਾਂ ਪਿਓ ਕੋਲ ਪਰਿਵਾਰ ਕੋਲ ਪਈ। ਅਗਰ ਇੱਦਾਂ ਦੀ ਪ੍ਰੋਫਾਈਲ ਹੈ, 2023 ਪਾਸ ਆਊਟ ਹੋ, ਫਿਰ ਤਾਂ ਭਾਵੇਂ ਮਹੀਨਾ ਰੁਕ ਕੇ ਅਪਲਾਈ ਵੀ ਕਰ ਲਓ, ਬਟ ਅਗਰ ਕਿਸੇ ਪਾਸੇ ਕੋਈ ਕਮੀ ਹੈ ਤਾਂ ਫਿਰ ਅੱਗੇ ਆਸਟ੍ਰੇਲੀਆ ਨਹੀਂ ਜਾਇਆ ਜਾ ਸਕਦਾ। ਫਿਰ 2021 ਦੇ ਬੱਚੇ ਆਸਟ੍ਰੇਲੀਆ ਕਿਵੇਂ ਜਾ ਸਕਦੇ ਨੇ, ਅਤੇ ਸਿੰਗਾਪੁਰ ਦਾ ਪਾਥਵੇ ਲੈ ਕੇ ਜਾ ਸਕਦੇ, ਉਹ ਇੱਕ ਅਲੱਗ ਟੋਪਿਕ ਹੈ, ਨਵੀਂ ਵੀਡੀਓ 'ਚ ਦੱਸਾਂਗਾ। ਬਟ ਫਿਲਹਾਲ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਦਿਸ ਇਜ਼ ਰਾਈਟ ਟਾਈਮ। ਗ੍ਰੈਜੂਏਸ਼ਨ ਕੀਤੀ ਹੈ 2021-22 ਪਾਸ ਆਊਟ, 55% ਘੱਟੋ ਘੱਟ ਨੰਬਰ ਹੈ, ਆਇਲ 6.5, ਨੋਟ ਲੈਸ ਦੈਨ 6 ਸੀਟ, ਸਪਾਊਸ ਬੱਚਿਆਂ ਨਾਲ ਜਾਇਆ ਜਾ ਸਕਦਾ। ਆਸਟ੍ਰੇਲੀਆ ਆਉਣ ਵਾਲੇ ਸਮੇਂ 'ਚ ਜਿਹੜੇ ਸਟੂਡੈਂਟ ਨੂੰ ਆਪਣੇ ਮੁਲਕ ਸੱਦੇਗਾ, PR ਦਾ ਕਰਾ ਕੇ ਫਿਰ ਉਹਨੂੰ ਵਿਹਲਾ ਕਰੇਗਾ, ਇਹ ਉਹਨਾਂ ਦਾ ਮਨੋਰਥ ਚੱਲ ਰਿਹਾ। ਬੜੀ ਇਮੀਗ੍ਰੇਸ਼ਨ ਪਾਲਿਸੀ ਚੇਂਜ ਹੋਣਗੀਆਂ, ਅਕਤੂਬਰ ਦੇ ਪਹਿਲੇ ਵੀਕ 'ਚ ਤੁਹਾਨੂੰ ਕਾਫੀ ਵੱਡੀਆਂ ਅਨਾਊਂਸਮੈਂਟ ਸੁਣਨ ਨੂੰ ਮਿਲਣਗੀਆਂ। ਸਾਡੇ ਇਸ ਚੈਨਲ ਨਾਲ ਜੁੜੇ ਰਹੋ ਤਾਂ ਕਿ ਆਸਟ੍ਰੇਲੀਆ ਦੀਆਂ ਅਪਡੇਟ ਸਾਰੀਆਂ ਆਪਣੇ ਤੱਕ ਪਹੁੰਚਾਈਆਂ ਜਾ ਸਕਣ। ਸੋ ਫਿਲਹਾਲ ਇਹ ਵੀਡੀਓ 'ਚ ਇੰਨਾ ਹੀ, ਅਗਲੀ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਊਗਾ। ਤੁਸੀਂ ਅਗਰ ਕਿਸੇ ਟੋਪਿਕ 'ਤੇ ਵੀਡੀਓ ਡਿਸਕਸ਼ਨ ਚਾਹੁੰਦੇ ਹੋ, ਸਾਡੀ ਵੀਡੀਓ ਕਿਵੇਂ ਦੀ ਲੱਗੀ ਉਹਦਾ ਸੁਝਾਵ ਜ਼ਰੂਰ ਦੇ ਦਿਓ, ਚੰਗੀ ਲੱਗੀ ਤਾਂ ਵੀ, ਮਾੜੀ ਲੱਗੀ ਤਾਂ ਵੀ, ਤਾਂ ਕਿ ਅਸੀਂ ਆਪਣੇ ਕੰਟੈਂਟ ਨੂੰ ਹੋਰ ਚੰਗੇ ਤਰੀਕੇ ਤੁਹਾਡੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਤਦ ਤੱਕ ਜਿਉਂਦੇ ਵਾਸਤੇ ਰਹੋ, ਰੱਬ ਰੱਖਾ, ਸਤਿ ਸ਼੍ਰੀ ਅਕਾਲ।